पूरे देश विच करोना वायरस के चलदियां सारे व्यापार जिहड़े सीगे ओह बंद होण दे कगार ते पहुँच चुके सीगे क्योंकि लगातार लॉकडाउन दा प्रक्रिया जिहड़ी सीगी ओह चलदी जा रही सी। जेकर गल कीती जावे हुण दी तां हुण अनलॉक 5 जिहड़ा आ ओह शुरू कर दिता गया और सारे वर्ग जिहड़े आ खोल दिते गए ने, चाहे ओह किसी भी डिपार्टमेंट के जिहड़े वर्ग होण उहनां नूं इजाजत दे दित्ती गई है। लेकिन की इफेक्ट रहे ने करोना वायरस के चलदियां लंबे समय तो, क्योंकि 6 महीने लोग जिहड़े सीगे अपने घर विच बैठ के जिहड़ा सीगा ओह गुजारा कर रहे सीगे, जो जमा पूंजी सीगी ओह वी उहनां वल्लों खर्च कर लिती गई सीगी और सारे नालों वड्डा इफेक्ट जिहड़ा सीगा ओह मिडल क्लास लोकां नूं जिहड़ा देखण नूं मिलिया, क्योंकि उस विच काफ़ी काम आउंदे सीगे जिन्हां विच एक CCTV जिहड़े लगाना ਉਹ ਵੀ ਇੱਕ ਵਰਗ ਜਿਹੜਾ ਸੀਗਾ ਉਹ ਵੀ ਕਾਫੀ ਪਰੇਸ਼ਾਨ ਹੁੰਦਾ ਹੋਇਆ ਨਜ਼ਰ ਆ ਰਿਹਾ। ਸਾਡੇ ਨਾਲ ਮੌਜੂਦ ਨੇ ਭਾਜੀ ਤੇ ਆਪਾਂ ਗੱਲਬਾਤ ਕਰ ਲੈਂਦੇ ਹਾਂ। ਸਹਿਦੇਵ ਸਾਹਿਬ ਲਗਾਤਾਰ ਜਿਹੜਾ ਸੀਗਾ ਉਹ ਕਰੋਨਾ ਵਾਇਰਸ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਲੋਕਾਂ ਨੂੰ ਆਈਆਂ, ਤੁਹਾਡਾ ਬਿਜ਼ਨਸ ਕਿਸ ਤਰ੍ਹਾਂ ਚੱਲਦਾ ਰਿਹਾ ਕਿਉਂਕਿ ਤੁਸੀਂ ਘਰੋਂ ਵੀ ਨਹੀਂ ਨਿਕਲੇ ਹੋਗੇ, ਕਿਸ ਤਰ੍ਹਾਂ ਸਾਰਾ ਮੇਨਟੇਨ ਕਰਦੇ ਰਹੇ ਫਿਰ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ COVID-19 ਕਰਕੇ ਜਿਹੜਾ ਇਫੈਕਟ ਪਿਆ ਹਰ ਇੱਕ ਬਿਜ਼ਨਸ 'ਤੇ ਪਿਆ, ਪਰ ਸਾਡਾ ਬਿਜ਼ਨਸ ਜਾਂ ਸਾਡਾ ਬਿਜ਼ਨਸ ਇਸ ਕੈਟਾਗਰੀ ਦਾ ਕਿ ਸਾਡਾ ਸਰਵਿਸ ਓਰੀਐਂਟਿਡ ਬਿਜ਼ਨਸ ਹੈ। ਸਰਵਿਸ ਓਰੀਐਂਟਿਡ ਮੀਨਸ ਕਿ ਸਾਨੂੰ ਕਿਸੇ ਦੇ ਘਰ ਜਾ ਕੇ ਕੰਮ ਕਰਵਾਉਣਾ ਪਏਗਾ। ਸੋ ਖਾਸ ਤੌਰ 'ਤੇ ਉਹਨਾਂ ਦਿਨਾਂ ਵਿੱਚ ਲੋਕ ਰਿਸ਼ਤੇਦਾਰਾਂ ਤੱਕ ਵੀ ਮਿਲਣਾ ਬੰਦ ਹੋ ਗਏ ਸੀ, ਜਿੱਥੇ ਇੱਕ ਸਗੇ ਭਰਾ ਵੀ ਇੱਕ ਦੂਸਰੇ ਦੇ ਘਰ ਆਉਣ ਜਾਣ ਤੋਂ ਰੁਕਣ ਲੱਗ ਪਏ ਸੀ ਕਿ ਕਿਸੇ ਦੇ ਘਰ ਨਾ ਆਇਆ ਜਾਇਆ ਜਾਵੇ। ਅਤੇ ਉਹਨਾਂ ਦਿਨਾਂ ਵਿੱਚ ਸਰਵਿਸ ਵਾਲਾ ਫੀਲਡ ਜਿਹੜਾ ਸੀ, ਜਿਸ ਤਰ੍ਹਾਂ ਕਿ ਸਾਡਾ ਕੰਮ ਹੈ CCTV ਕੈਮਰਾਜ਼ ਦਾ, ਕੰਪਿਊਟਰਸ ਦਾ, ਲੈਪਟੋਪ ਹੋ ਗਏ ਜਾਂ ਹੋਰ ਸਿਕਿਉਰਿਟੀ ਦੇ ਕੋਈ ਪ੍ਰੋਡਕਟਸ ਜਿਸ ਵਿੱਚ ਸਾਨੂੰ ਜਾਣਾ ਪੈਂਦਾ ਸੀ, ਉਹ ਕੰਮ ਟੋਟਲ ਠੱਪ ਰਿਹਾ। ਜੀ ਉਸ ਠੱਪ ਹੋਣ ਕਰਕੇ ਉਹਦਾ ਰਿਜ਼ਲਟ ਇਹ ਮਿਲਿਆ ਕਿ ਇਨਡਾਇਰੈਕਟਲੀ ਇੱਕ ਫਰਮ ਦੇ ਮਾਲਕ 'ਤੇ ਭਾਰ ਪੈਂਦਾ ਗਿਆ ਸਾਰਾ। ਦੇਖੋ, ਅੱਜ ਸਾਡਾ ਸਟਾਫ ਹੈ, ਸਟਾਫ ਨੂੰ ਅਸੀਂ ਇਸ ਮੁਸ਼ਕਿਲ ਦੀ ਘੜੀ ਵਿੱਚ ਆ ਕੇ ਇਹ ਨਹੀਂ ਕਹਿ ਸਕਦੇ ਤੁਸੀਂ ਆਪਣਾ ਗੁਜ਼ਾਰਾ ਖੁਦ ਕਰ ਲਓ, ਸਾਨੂੰ ਆਪਣੇ ਸਟਾਫ ਦਾ ਧਿਆਨ ਵੀ ਰੱਖਣਾ ਪਿਆ। ਸਟਾਫ ਨੂੰ ਦੇਣ ਵਾਸਤੇ ਇਹ ਕਹਿ ਸਕਦੇ ਕਿ ਜੋ ਅਸੀਂ ਪੰਜਾਬੀ 'ਚ ਕਿਹਾ ਵੀ ਅੰਦਰੋਂ ਕੱਢ ਕੱਢ ਕੇ ਖਾਣ ਵਾਲੀ ਗੱਲ ਸੀ, ਰਾਸ ਉਸ ਮੌਕੇ 'ਤੇ ਇਸ ਤਰ੍ਹਾਂ ਦੀ ਵੀ ਕੰਡੀਸ਼ਨਸ ਆਈਆਂ ਕਿ ਜਿੱਥੇ ਪੁਰਾਣੇ ਪੈਸੇ ਫਸੇ ਸੀ ਮਾਰਕੀਟ 'ਚ ਉੱਥੇ ਦੇ ਉੱਥੇ ਫਸੇ ਰਹਿ ਗਏ, ਅੱਗਿਓਂ ਨਹੀਂ ਆਏ, ਸਾਰਾ ਦਾ ਸਾਰਾ ਸਰਕਲ ਰੁਕ ਗਿਆ। ਬਟ ਕਿਉਂਕਿ ਸਾਡੇ ਕੋਲ ਸਟਾਫ ਵੀ ਕੰਮ ਕਰਦੇ, ਸਰਵਿਸ ਓਰੀਐਂਟਿਡ ਕੰਮ ਸੀ, ਕੁਝ ਫਿਕਸ ਖਰਚੇ ਸੀ ਜਿਹੜੇ ਉਹ ਸਾਨੂੰ ਪੈਂਦੇ ਰਹੇ, ਕਾਫੀ ਨੁਕਸਾਨ ਹੋਇਆ। COVID-19 ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਇੱਕ ਸਾਲ ਪਿੱਛੇ ਪਾ ਕੇ ਗਿਆ ਸਾਨੂੰ। ਕਿੰਨੇ ਕੁ ਤੁਹਾਡੇ ਕੋਲ ਵਰਕਰ ਕੰਮ ਕਰਦੇ ਸੀਗੇ ਔਰ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰਦੇ ਰਹੇ ਤੁਸੀਂ, ਕਿਉਂਕਿ ਲਗਾਤਾਰ ਜਿਹੜੇ ਸੀਗੇ ਲੋਕ ਵੀ ਕਾਫੀ ਸਾਹਮਣੇ ਆਏ ਸੀਗੇ, ਮਦਦ ਕਰਦੇ ਰਹੇ, ਰਾਸ਼ਨ ਤੱਕ ਪਹੁੰਚਾਉਂਦੇ ਗਏ, ਤੁਸੀਂ ਕਿਸ ਤਰ੍ਹਾਂ ਹੈਲਪ ਕਰਦੇ ਰਹੇ ਸੀਗੇ ਉਹਨਾਂ ਦੇ? ਦੇਖੋ, ਅਸੀਂ ਮੈਂ ਬੜੀ ਓਨੈਸਟਲੀ ਗੱਲ ਕਰਾਂ, ਅਸੀਂ ਕਿਸੇ ਨੂੰ ਵੀ ਜਿਹੜਾ ਜਿਸ ਤਰ੍ਹਾਂ ਲੋਕਾਂ ਨੇ ਫੋਟੋਆਂ ਪਾ ਕੇ ਰਾਸ਼ਨ ਦਿੱਤਾ, ਅਸੀਂ ਫੋਟੋਆਂ ਤਾਂ ਨਹੀਂ ਪਾਈਆਂ ਪਰ ਡਿਸਟ੍ਰੀਬਿਊਟ ਅਸੀਂ ਵੀ ਕੀਤਾ। ਪਰ ਸਾਡਾ ਇਹ ਮੰਨਣਾ ਸੀ ਕਿ 2-2 ਕਿਲੋ 10 ਜਣਿਆਂ ਨੂੰ ਆਟਾ ਦੇਣ ਦੀ ਬਜਾਏ ਇੱਕ ਬੰਦੇ ਦੇ ਘਰ 20 ਕਿਲੋ ਆਟਾ ਪਵਾ ਦਿੱਤਾ ਜਾਵੇ। ਦੇਖੋ, ਬੜੀ ਪ੍ਰੈਕਟੀਕਲ ਗੱਲ ਹੈ, ਤੁਸੀਂ ਇੱਕ ਘਰ 'ਚ 2 ਕਿਲੋ ਆਟਾ ਨਾਲ ਗੁਜ਼ਾਰਾ ਤਾਂ ਕਰਨ ਰਹੇ, ਹੁਣ 10 ਲੋਕਾਂ ਨੂੰ ਮੈਂ 2-2 ਕਿਲੋ ਆਟਾ ਦੇਵਾਂ ਅਤੇ ਫੋਟੋ ਖਿਚਾਉਣ ਵਾਸਤੇ ਜਾਂ ਪਬਲਿਸਿਟੀ ਕਰਨ ਵਾਸਤੇ ਕੰਮ ਕਰਾਂ, ਇਹ ਮਜ਼ਾਕ ਹੈਗਾ। ਤੁਸੀਂ ਕਿਸੇ ਗਰੀਬ ਦਾ ਬੇਸਿਕਲੀ ਮਜ਼ਾਕ ਬਣਾ ਰਹੇ ਹੋ। ਅਸੀਂ, ਸਾਡੇ ਨਾਲ ਹੋਰ ਬਹੁਤ ਸਾਰੇ ਸਾਡੀ ਸੇਮ ਲਾਈਨ ਦੇ ਬਿਜ਼ਨਸਮੈਨ ਆ, ਫੈਕਟਰੀਆਂ ਵਾਲੇ ਆ, ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੇ ਆਪਣੇ ਸਟਾਫ ਦਾ ਖਿਆਲ ਰੱਖਿਆ। ਜੋ ਮਤਲਬ ਮੇਰਾ ਮੰਨਣਾ ਇਹ ਸੀ ਕਿ 2-2 ਕਿਲੋ ਆਟਾ ਦੇ ਕੇ ਫੋਟੋਆਂ ਖਿਚਾਉਣ ਨਾਲੋਂ ਬੈਟਰ ਆ ਆਪਣੇ ਹੀ ਸਟਾਫ ਦਾ ਤੁਸੀਂ ਖਿਆਲ ਰੱਖ ਲਓ, ਉਹਨਾਂ ਦੇ ਘਰ ਪ੍ਰੋਪਰ ਰਾਸ਼ਨ ਪਾਣੀ ਤੋਂ। ਦੇਖੋ, ਜਿੰਨਾ ਸਰਦਾ ਬਣਦਾ ਰਿਹਾ ਅਸੀਂ ਕੀਤਾ। ਬਾਕੀ ਕੁਝ ਇਸ ਤਰ੍ਹਾਂ ਦਾ ਵੀ ਸਾਡੇ ਕੋਲ ਸਟਾਫ ਹੁੰਦਾ ਜਿਹਨੂੰ ਅਸੀਂ ਆਊਟਸੋਰਸ ਕਰਨੇ ਆ। ਆਊਟਸੋਰਸ ਮੀਨਜ਼ ਉਹ ਸਟਾਫ ਜਿਹਨੂੰ ਅਸੀਂ ਜ਼ਰੂਰਤ ਪੈਣ 'ਤੇ ਬੁਲਾਉਂਦੇ ਹਾਂ, ਪਰ ਉਹ ਸਾਡੇ ਕੋਲ ਸੈਲਰੀ ਦੇ ਨਹੀਂ ਹੁੰਦਾ। ਪਰ ਉਹਨਾਂ ਦਿਨਾਂ ਵਿੱਚ ਉਹਦੀ ਵੀ ਇੱਕ ਉਮੀਦ ਸਾਡੇ ਤੋਂ ਸੀ, ਉਹ ਸਾਨੂੰ ਇਹ ਕਹਿੰਦੇ ਸੀ ਕਿ ਭਾਅ ਜੀ ਦੇਖੋ, ਅਸੀਂ ਆਪਾਂ ਚਾਹੇ ਆਊਟਸੋਰਸ ਹੈ ਚਾਹੇ ਜ਼ਰੂਰਤ ਪੈਣੇ ਤੁਹਾਡੇ ਕੋਲ ਆਉਂਦੇ ਹਾਂ। ਪਰ ਉਹਨਾਂ ਨੂੰ ਇੱਕ ਸਹਾਰਾ ਸੀ। ਦੇਖੋ, ਉਸ ਮੌਕੇ 'ਤੇ ਕਾਫੀ ਕਠਿਨਾਈ ਹੋਈ, ਅਸੀਂ ਕੋਲੋਂ ਵੀ ਕੱਢ ਕੇ ਦਿੱਤਾ ਕੁਛ, ਮੈਂ ਘਰਦਿਆਂ ਤੋਂ ਵੀ ਲੈਣੇ ਪਏ ਜਾਂ ਜਿੰਨਾ ਅਰੇਂਜਮੈਂਟ ਹੋ ਸਕਿਆ ਮੁਸ਼ਕਿਲ ਨਾਲ, ਪਰ ਅਸੀਂ ਉਹ ਇਹ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਮੁਸ਼ਕਿਲ ਦੀ ਘੜੀ ਸੀ ਜਾਂ ਟਾਈਮ ਸੀ ਉਹ ਨਿਕਲ ਗਿਆ। ਪਰ ਮੈਨੂੰ ਇਹ ਲੱਗਦਾ ਕਿ ਇਸ ਮੌਕੇ 'ਤੇ ਸਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਸੀ, ਨਾ ਕਿ ਇੱਕ ਇੰਡੀਵਿਜੁਅਲ ਨੂੰ ਆਪਣੀ ਫਰਮ ਵਾਸਤੇ ਕਰਨਾ ਚਾਹੀਦਾ ਸੀ। ਕੋਈ ਯੂਨਿਟ ਨਹੀਂ ਮਾਫ ਹੋਏ, ਕੋਈ ਬਿੱਲ ਨਹੀਂ ਮਾਫ ਹੋਏ, ਈਵਨ ਕਿ ਬਿੱਲ ਦੇ ਬਿੱਲ ਨਾ ਦੇਣ ਦੇ ਉੱਤੇ 10-10% ਵਿਆਜ ਲੱਗਦਾ ਪਿਆ ਇਸ ਵੇਲੇ। ਸਹਿਦੇਵ ਸਾਹਿਬ, ਤੁਹਾਡੇ ਕੋਲ ਕਿੰਨੇ ਕੁ ਜਿਹੜੇ ਨੇ ਉਹ ਵਰਕਰ ਕੰਮ ਕਰਦੇ ਨੇ ਅਤੇ ਹੁਣ ਕੀ ਹਾਲਾਤ ਨੇ? ਹੁਣ ਕੰਮ, ਕਿਉਂਕਿ ਅਨਲੋਕ 5 ਜਿਹੜਾ ਸ਼ੁਰੂ ਹੋ ਗਿਆ, ਹੁਣ ਟੋਟਲ ਸਾਰਾ ਕੁਝ ਖੋਲ੍ਹਣਾ ਸ਼ੁਰੂ ਹੋ ਗਿਆ, ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ? ਕਲਾਇੰਟਸ ਆਉਣੇ ਸ਼ੁਰੂ ਹੋਏ ਨੇ ਜਾਂ ਕਿੰਨੇ ਮੈਂਬਰ ਤੁਹਾਡੇ ਕੋਲ ਕੰਮ ਕਰਦੇ ਨੇ? ਦੇਖੋ, ਸਾਡੇ ਕੋਲ 8-10 ਟੈਕਨੀਸ਼ੀਅਨਸ ਜਿਹੜੇ ਹੈਗੇ ਆ ਪਰਮਾਨੈਂਟ ਕੰਮ ਕਰਦੇ ਆ, 3-4 ਹੁੰਦੇ ਆ ਜਿਹੜੇ ਸਾਡੇ ਔਨ ਕਾਲ ਅਸੀਂ ਬੁਲਾਉਂਦੇ ਹਾਂ ਜਾਂ ਜਿਸ ਤਰ੍ਹਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਆਊਟਸੋਰਸ ਕਰਦੇ ਹਾਂ, ਠੀਕ ਹੈ ਜੀ, ਵਿੱਚੋਂ ਕੁਝ ਗ੍ਰੈਫਿਕਸ ਵਾਲੇ ਆ, ਕੁਝ ਇੰਸਟੋਲੇਸ਼ਨਸ ਵਾਲੇ ਹੁੰਦੇ ਆ। ਫਰਕ ਇਹ ਪਿਆ ਕਿ ਸਾਨੂੰ ਮਜਬੂਰਨ ਉਹਨਾਂ ਨੂੰ ਆਪਣੇ ਸਟਾਫ ਨੂੰ ਇਹ ਕਹਿਣਾ ਪਿਆ ਕਿ ਕੁਛ ਪਰਸੈਂਟ, ਜਿਵੇਂ 10-20% ਘਟਾ ਕੇ ਸੈਲਰੀ ਦੇਣੀ ਪਈ। ਮੰਨ ਕੇ ਚਲੋ ਕਿਸੇ ਦੀ 10,000 ਸੀ, ਉਹਨੂੰ ਕਹਿਣਾ ਪਿਆ ਕਿ ਤੂੰ 8 ਲੈ ਲਾ, 8 ਨਾਲ ਹੋ ਗਿਆ ਕਿ 2,000 ਉਹਦੇ ਕੋਲ ਛੱਡਿਆ, 2 ਉਹਦੇ ਕੋਲ ਛੱਡਿਆ, ਉਹ ਸਾਰਿਆਂ 'ਚ ਡਿਸਟ੍ਰੀਬਿਊਟ ਹੋ ਗਿਆ।
ਵਿੱਚੋਂ ਕੁਛ ਇੱਕ ਦੋ ਮੇਰੇ ਕੋਲ ਸਟਾਫ ਇਸ ਤਰ੍ਹਾਂ ਦੇ ਵੀ ਸੀ ਜਿਨ੍ਹਾਂ ਦੀ ਜ਼ਰੂਰਤ ਬਹੁਤ ਜ਼ਿਆਦਾ ਸੀ। ਉਹ ਮਤਲਬ ਲੜਕਾ ਸਾਡੇ ਕੋਲ ਸੀ, ਉਸ ਨੇ ਆਪਣਾ ਗੁਜ਼ਾਰਾ ਕਰਨ ਵਾਸਤੇ ਸਬਜ਼ੀ ਦੀ ਰੇਹੜੀ ਤੱਕ ਲਗਾਈ ਹੈ, ਉਹ ਮੈਨੂੰ ਵੀ ਪਤਾ। ਉਹ ਕੁਛ ਪੈਸੇ ਸਾਡੇ ਕੋਲ ਚਲੋ ਥੋੜ੍ਹੇ ਲੈ ਕੇ ਗਿਆ ਜਾਂ ਕਿਸੇ ਦੀ ਉਹਦੀ ਕਿਸੇ ਨੇ ਮਦਦ ਕੀਤੀ, ਸਬਜ਼ੀਆਂ ਤੱਕ ਲਗਾਉਣ ਨੂੰ ਮਜਬੂਰ ਹੋ ਗਏ ਲੋਕ। ਇੱਕ ਇੰਜੀਨੀਅਰ ਬੰਦਾ ਅੱਜ ਸਬਜ਼ੀ ਲਗਾ ਕੇ ਗੁਜ਼ਾਰਾ ਕਰਦਾ ਰਿਹਾ, ਡਬਲ ਸ਼ਿਫਟ ਲਗਾਉਂਦਾ ਰਿਹਾ ਲੜਕਾ। ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ, ਹੁਣ ਕਸਟਮਰਸ ਆਉਣੇ ਸ਼ੁਰੂ ਹੋਏ ਨੇ, ਹੁਣ ਕਿਸ ਤਰ੍ਹਾਂ ਦਾ ਹਾਲਾਤ? ਦੇਖੋ, ਹਜੇ ਉਸ ਮਾਰਕੀਟ ਦਾ ਜਿਹੜਾ ਫਲੋ ਹੈ, ਮਾਰਕੀਟ ਦਾ ਫਲੋ ਹਜੇ ਉਸ ਲੈਵਲ 'ਤੇ ਨਹੀਂ ਹੈ। ਰੀਜ਼ਨ ਕੀ ਆ ਕਿ ਮਾਰਕੀਟ 'ਚ ਪੈਸਾ ਪੈਨੀਟਰੇਟ ਨਹੀਂ ਕਰਦਾ ਪਿਆ, ਪੈਸਾ ਘੁੰਮਦਾ ਹੀ ਨਹੀਂ ਪਿਆ। ਜਦੋਂ ਤੱਕ ਪੈਸਾ ਨਹੀਂ ਘੁੰਮੇਗਾ, ਸਰਕਲ ਨਹੀਂ ਘੁੰਮੇਗਾ। ਹੁਣ ਦੇਖੋ, ਵੱਡੀਆਂ ਕੰਸਟਰਕਸ਼ਨ ਸਾਈਟਸ ਹੋ ਗਈਆਂ, ਉਹ ਰੁਕੀਆਂ ਰਹੀਆਂ, ਰਿਜ਼ੋਰਟ ਬੰਦ ਸੀ, ਮੋਲਸ ਬੰਦ ਸੀ। ਜਦੋਂ ਤੱਕ ਮੋਲਸ ਰਿਜ਼ੋਰਟਸ ਨਹੀਂ ਖੁੱਲਣਗੇ, ਜਦੋਂ ਸਰਕੂਲੇਟ ਨਹੀਂ ਹੋਏਗਾ ਪੈਸਾ, ਉਦੋਂ ਤੱਕ ਹਜੇ ਕੰਮ ਦਾ ਫਲੋ ਉਨਾ ਨਹੀਂ ਹੈ, ਬਹੁਤ ਘੱਟ ਹੈ, ਬਹੁਤ ਕਠਿਨਾਈ ਹੋ ਰਹੀ ਹੈ। ਇਸ ਮੌਕੇ 'ਤੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। ਜਿਹੜੇ ਸਕੂਲ ਦੀ ਫੀਸਾਂ ਜਿਹੜੀਆਂ ਜਾ ਰਹੀਆਂ, ਕੁਛ ਉੱਤੇ ਬ੍ਰੇਕ ਲੱਗਣੀ ਚਾਹੀਦੀ ਹੈ। ਦੇਖੋ, ਕੁਛ ਥੋੜ੍ਹਾ ਚੀਜ਼ਾਂ ਘਟਣੀਆਂ ਚਾਹੀਦੀਆਂ, ਬਿੱਲ ਜਿਹੜੇ ਆਉਂਦੇ ਪਏ, ਕਿਸ਼ਤਾਂ ਲੱਗਦੀਆਂ ਪਏ, ਥੋੜ੍ਹਾ ਸਾਨੂੰ ਸਪੋਰਟ ਕਰਨਾ ਚਾਹੀਦਾ। ਜਿਸ ਤਰ੍ਹਾਂ ਕਿ ਅਮੈਰੀਕਾ ਦੀ ਗੱਲ ਕਰੋ, ਅਮੈਰੀਕਾ ਨੇ $1,000 ਦਿੱਤਾ ਸੀ। ਤੁਸੀਂ ਇਸ ਚੀਜ਼ ਬਾਰੇ ਸਟੱਡੀ ਕਰ ਸਕਦੇ ਹੋ, ਅਸੀਂ ਕੋਈ ਆਪਣੇ ਮਨ ਤੋਂ ਨਹੀਂ ਕਹਿ ਰਹੇ। ਜੇ ਉਹਨਾਂ ਨੇ ਕੀਤਾ ਸੀ, ਉਸ ਬਰਾਬਰ ਲੈਵਲ ਦਾ ਟੈਕਸ ਸਾਡੇ ਕੋਲ ਵੀ ਲੈ ਰਹੇ, ਅਸੀਂ ਟੈਕਸ ਪੇਅਰ ਹਾਂ, ਅਸੀਂ GST ਦੇ ਨਾਲ ਕੰਮ ਕਰਦੇ ਪਏ, ਅਸੀਂ GST ਦਾ ਟੈਕਸ ਵੀ ਦੇ ਰਹੇ ਹਾਂ। ਜਦੋਂ ਅਸੀਂ ਟੈਕਸ ਪੇ ਕਰਦੇ ਪਏ, ਫਿਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਟੈਕਸ ਪੇਅਰਸ ਨੂੰ ਐਟਲੀਸਟ ਇਹ ਫੈਸਿਲਿਟੀ ਦੇਣੀ ਚਾਹੀਦੀ ਸੀ, ਆਪਣੇ ਸਟਾਫ ਜਾਂ ਆਪਣੇ ਕਾਰਿਆਕਰ ਜਿੰਨੇ ਵੀ ਸਾਡੇ ਕੋਲ ਕਾਮੀ ਜਿਹੜੇ ਹੈਗੇ ਆ, ਉਹਨਾਂ ਦੀ ਮਦਦ ਕਰਨ ਵਾਸਤੇ ਹੀ ਐਟਲੀਸਟ ਸਾਨੂੰ ਸਰਕਾਰ ਕੁਝ ਫੈਸਿਲੀਟੇਟ ਕਰੇ। ਪਰ ਸਰਕਾਰ ਨੇ ਕੁਝ ਵੀ ਫੈਸਿਲੀਟੇਟ ਨਹੀਂ ਕੀਤਾ। ਤੁਹਾਡਾ ਕੰਮ ਜਿਹੜਾ ਆ, ਅਨੁਮਾਨਨ ਜ਼ਿਆਦਾ ਜਿਹੜਾ ਇਲੈਕਟ੍ਰੀਸਿਟੀ ਦੇ ਨਾਲ ਹੈ, ਕਿਉਂਕਿ ਤੁਸੀਂ ਜੇਕਰ ਪ੍ਰੋਡਕਟ ਵੀ ਚੈੱਕ ਕਰਦੇ ਹੋਗੇ ਤਾਂ ਇਲੈਕਟ੍ਰੀਸਿਟੀ ਨਾਲ ਕਰਦੇ ਹੋਗੇ, ਤਾਂ ਬਿੱਲ ਦਾ ਕਿਸ ਤਰ੍ਹਾਂ ਨਹੀਂ ਹੋ ਰਿਹਾ, ਕਿੰਨਾ ਕੁ ਬਿੱਲ ਆਉਂਦਾ ਰਿਹਾ? ਕੋਈ ਬਿੱਲ ਨਹੀਂ ਮਾਫ ਹੋਇਆ, 25,000 ਰੁਪਏ ਔਰ ਆਲਮੋਸਟ ਬਿੱਲ ਆਉਂਦਾ। ਸਗੋਂ ਬਿੱਲ ਦੇ ਉੱਪਰ ਵੀ ਜਿਹੜਾ ਇੱਕ ਦੋ ਮੰਥ ਸਟਾਰਟਿੰਗ ਜਿਹੜੇ ਡਿਲੇ ਗਏ, 2-3 ਮੰਥ, ਉਹਨਾਂ ਦੇ 10-10% ਵਿਆਜ ਲੱਗ ਕੇ ਆਇਆ। ਕੋਈ ਬਿੱਲ ਮਾਫ਼ ਨਹੀਂ ਆਇਆ, ਈਵਨ ਇੱਥੋਂ ਤੱਕ ਗੱਲ ਹੋਈ ਸੀ ਕਿ ਬਿੱਲ ਡਿਲੇਜ਼ ਹੋਣਗੇ, ਕੋਈ ਬਿੱਲ ਮਾਫ਼ ਨਹੀਂ ਆਇਆ, 25,000 ਤੋਂ 30,000 ਰੁਪਇਆ ਬਿੱਲ ਆਉਂਦਾ ਰਿਹਾ। ਕਿਉਂਕਿ ਟੈਸਟਿੰਗ ਹੈਗੀ ਸਾਡੇ ਕੋਲ, ਬਹੁਤ ਸਾਰੇ ਇਲੈਕਟ੍ਰੋਨਿਕ ਪ੍ਰੋਡਕਟਸ ਆ ਜਿਹੜੇ ਕੰਟੀਨਿਊਸਲੀ ਸਰਵਰਸ ਚੱਲਦੇ ਹੀ ਰਹਿੰਦੇ ਆ। ਹੁਣ ਕੁਛ ਕੰਪਨੀ ਦੇ ਸਰਵਰ ਸਾਡੇ ਕੋਲ ਚੱਲ ਰਹੇ ਆ, ਦੇਖੋ ਵੈਬਸਾਈਟਸ ਤਾਂ ਚੱਲਦੀਆਂ ਰਹੀਆਂ ਨਾ ਲੋਕਾਂ ਦੀਆਂ, ਉਹ ਵੈਬਸਾਈਟਸ ਦੇ ਜਿਹੜਾ ਸਰਵਰ ਸੀ ਉਹਨੂੰ ਕਿਸ ਤਰ੍ਹਾਂ ਬੰਦ ਕਰਦੇ, ਉਹ ਡਾਟਾ ਸਾਡਾ ਕੰਜ਼ਿਊਮ ਹੁੰਦਾ ਰਿਹਾ ਜਾਂ ਬੱਤੀ ਚੱਲਦੀ ਰਹੀ, ਸਾਨੂੰ ਤਾਂ ਮਤਲਬ ਜੇ ਅਸੀਂ ਕਹੀਏ ਤਾਂ ਪੂਰਾ ਬਿੱਲ ਆਉਂਦਾ ਰਿਹਾ, ਕੁਛ ਵੀ ਬਚਾ ਨਹੀਂ ਹੋਇਆ ਸਾਡਾ। ਗਵਰਨਮੈਂਟ ਨੂੰ ਕੀ ਅਪੀਲ ਕਰਨਾ ਚਾਹੋਗੇ? ਲਗਾਤਾਰ ਜਿਹੜਾ ਆ ਗਵਰਨਮੈਂਟ ਨਹੀਂ ਸਾਹਮਣੇ ਆ ਪਾ ਰਹੀ, ਲੇਕਿਨ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਕੋਈ ਵਿਅਕਤੀ ਜਿਹੜਾ ਭੁੱਖਾ ਨਾ ਸੋਵੇ, ਤੁਸੀਂ ਗਵਰਨਮੈਂਟ ਨੂੰ ਕੀ ਅਪੀਲ ਕਰਨਾ ਚਾਹੋਗੇ? ਦੇਖੋ, ਅਸੀਂ ਤਾਂ ਪੰਜਾਬ ਗਵਰਨਮੈਂਟ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੋ ਵੀ ਗਵਰਨਮੈਂਟ ਦਾ ਪ੍ਰੋਸੈਸ ਹੈ ਸਾਰਾ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਬਣਾਇਆ ਜਾਵੇ। ਜਿੱਥੇ ਜਿੱਥੇ ਜ਼ਰੂਰਤ ਹੈਗੀ ਹੈ ਉੱਥੇ ਕੁਛ ਪੈਸੇ, ਅਸੀਂ ਕੁਛ ਵੀ ਨਹੀਂ ਕਹਿ ਰਹੇ ਕਿ ਮਾਫ਼ ਕਰ ਦਿਉ, ਬਟ ਉਹਨੂੰ ਐਟਲੀਸਟ ਦੇਣ ਦਾ ਟਾਈਮ ਦੇਣਾ ਚਾਹੀਦਾ ਕਿ ਬਿੱਲ ਪੇ ਕਰਨ ਦਾ ਥੋੜ੍ਹਾ ਟਾਈਮ ਵਧੇ, ਜਾਂ ਜਿਹਦੀ ਅਮਾਊਂਟ ਜੇ ਕਿਸੇ ਦੇ 10,000 ਰੁਪਏ ਬਿੱਲ ਆ ਉਹਨੂੰ 5,000 ਰੁਪਏ ਦੇ ਕੇ 5 ਦਾ ਥੋੜ੍ਹਾ ਟਾਈਮ ਦੇਣ ਦੀ ਹੋਵੇ। ਅਸੀਂ ਇਹ ਨਹੀਂ ਕਹਿ ਰਹੇ ਮਾਫ਼ ਕਰੋ, ਮਾਫ਼ ਕਰਵਾਉਣ ਵਾਲੀ ਗੱਲ ਹੋਣੀ ਵੀ ਨਹੀਂ, ਕਿਉਂਕਿ ਸਰਕਾਰ ਨੂੰ ਵੀ ਘਾਟਾ ਪਏਗਾ। ਅਸੀਂ ਬਿਜ਼ਨਸਮੈਨ ਹੈਗੇ, ਅਸੀਂ ਗੱਲ ਨੂੰ ਸਮਝਦੇ ਹਾਂ, ਜੇ ਅਸੀਂ ਫ੍ਰੀ ਕਰ ਦਾਂਗੇ ਤਾਂ ਨੁਕਸਾਨ ਸਰਕਾਰ ਨੂੰ ਵੀ, ਬਟ ਸਾਨੂੰ ਉਹ ਸਰਕਾਰ ਸਾਨੂੰ ਸਭ ਇਨ ਚੀਜ਼ਾਂ ਵਾਸਤੇ ਥੋੜ੍ਹਾ ਟਾਈਮ ਦੇਵੇ। ਜਿੰਨੇ ਵੀ ਬਿਜ਼ਨਸਮੈਨ ਆ, ਹਰ ਕੋਈ ਬੰਦਾ ਇਹੀ ਡਿਮਾਂਡ ਕਰਦਾ ਪਿਆ ਕਿ ਉਹਨੂੰ ਥੋੜ੍ਹਾ ਟਾਈਮ ਮਿਲੇ, ਵਿਆਜ ਜਿਹੜਾ ਫਾਲਤੂ ਦਾ ਵਿਆਜ ਲੱਗਦਾ ਪਿਆ ਵਿਆਜ ਬੰਦ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ। ਸੋ ਇਹ ਸਨ ਵਿਸ਼ਾਲ ਸਹਿਦੇਵ ਜੀ, ਜੋ ਕਿ CCTV ਦਾ ਕੰਮ ਕਰਦੇ ਨੇ, ਔਰ ਲਗਾਤਾਰ ਇਹਨਾਂ ਵੱਲੋਂ ਜਿਹੜਾ ਸੀਗਾ ਆਪਣੇ ਜਿਹੜੇ ਵਰਕਰ ਸੀਗੇ ਉਹਨਾਂ ਨਾਲ ਵੀ ਕਰੋਨਾ ਵਾਇਰਸ ਦੇ ਚੱਲਦੇ ਕਾਫੀ ਮਦਦ ਜਿਹੜੀ ਆ ਉਹ ਕੀਤੀ ਗਈ। ਲੇਕਿਨ ਜੋ ਹਾਲਾਤ ਹੁਣ ਨੇ, ਹੁਣ ਹਾਲਾਤ ਵੀ ਕਾਫੀ ਵੱਧ ਤੋਂ ਬਦਤਰ ਨੇ, ਔਰ ਲਗਾਤਾਰ ਇਹਨਾਂ ਦਾ ਇਹ ਵੀ ਕਹਿਣਾ ਕਿ ਜੇਕਰ ਸਰਕਾਰਾਂ ਚਾਹੁੰਦੀਆਂ ਤਾਂ ਹਰ ਇੱਕ ਸੰਭਵ ਕੋਸ਼ਿਸ਼ ਹੋ ਸਕਦੀ ਸੀਗੀ ਅਗਰ ਕਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਅਗਰ ਕੋਈ ਰਾਹਤ ਦੇਣੀ ਹੁੰਦੀ। ਲੇਕਿਨ ਸਾਨੂੰ ਵੱਡੀ ਮੁਸ਼ਕਲ ਇਹ ਆ ਰਹੀ ਹੈ ਕਿ ਬਿਜਲੀ ਦੇ ਜਿਹੜੇ ਬਿੱਲ ਨੇ ਉਹ ਬਹੁਤ ਵੱਡੇ ਆ ਰਹੇ ਨੇ, ਔਰ ਉਹਨਾਂ ਨੂੰ ਉੱਤੇ ਜਿਹੜਾ ਵਿਆਜ ਲੱਗ ਰਿਹਾ ਉਹ ਬਹੁਤ ਮੋਟਾ ਵਿਆਜ ਜਿਹੜਾ ਆ ਉਹ ਵਸੂਲਿਆ ਜਾ ਰਿਹਾ, ਜੋ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਉਸੇ ਮਾਪਿਤ। ਔਰ ਜੋ ਵਿਦੇਸ਼ਾਂ ਦੀ ਤਕਨੀਕ ਹੈ, ਜੇਕਰ ਉਸ ਹਿਸਾਬ ਨਾਲ ਅਸੀਂ ਟੈਕਸ ਦਿੰਦੇ ਹਾਂ ਤਾਂ ਅਸੀਂ ਟੈਕਸ ਨੂੰ ਵਾਪਸ ਲੈਣ ਦੇ ਵੀ ਹੱਕਦਾਰ ਬਣਦੇ ਹਾਂ, ਉਸ ਟੈਕਸ ਦੀ ਪੇਮੈਂਟ ਜਿਹੜੀ ਸੀਗੀ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਰਿਲੀਫ ਜ਼ਰੂਰ ਸਰਕਾਰਾਂ ਨੂੰ ਦੇਣੀ ਚਾਹੀਦੀ ਸੀ। ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਵੀ ਇਸ ਮਾਪਤ ਜਿਹੜੀਆਂ ਫੇਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਲੇਕਿਨ ਹੁਣ ਕਰੋਨਾ ਵਾਇਰਸ ਦੀ ਜਿਹੜੀ ਬਿਮਾਰੀ ਆ ਲਗਾਤਾਰ ਘੱਟਦੀ ਜਾ ਰਹੀ ਹੈ, ਮਰੀਜ਼ ਘੱਟਦੇ ਜਾ ਰਹੇ ਨੇ, ਹੁਣ ਆਸ ਇਹੀ ਹੈ ਕਿ ਕੁਛ ਨਾ ਕੁਛ ਰਾਹਤ ਜਿਹੜੀ ਆ ਉਹ ਇਹਨਾਂ ਨੂੰ ਵੀ ਜ਼ਰੂਰ ਮਿਲੇਗੀ। ਕੈਮਰਾਮੈਨ ਸਰੀ ਦੇ ਨਾਲ ਗੁਰਪ੍ਰੀਤ ਸਿੰਘ, ਵਰਲਡ ਪੰਜਾਬੀ TV, ਅੰਮ੍ਰਿਤਸਰ।